ਤੇ ਸਾਡੇ ਪੰਜਾਬ ਦਾ ਭਲਾ ਹੋਏ। ਇਹ ਸਾਰੇ ਐਸੇ ਨਹੀਂ ਹੈ ਮੇਰੀ ਭੈਣ ਜੀ, ਦੇਖੋ ਹੈ ਨਾ, ਇਹ ਜ਼ਮੀਂਦਾਰ ਨੇ, ਸਰਪੰਚ ਹੈ, ਅਤੇ ਇਹ ਆ ਗਏ ਆ ਬੀਜੇਪੀ ਵਿੱਚ, ਕਿਉਂਕਿ ਇਹਨਾਂ ਨੂੰ ਵੀ ਲੱਗ ਰਿਹਾ ਕਿ ਬੀਜੇਪੀ ਜ਼ਰੂਰ ਕੁਛ ਕਰ ਦਿਖਾਏਗੀ। ਔਰ ਤੈਨੂੰ ਤੁਹਾਨੂੰ ਮੈਂ ਕਿਸਾਨਾਂ ਦਾ ਕਹਿ ਰਹੀ ਹਾਂ, ਇਹ ਜਿਹੜੇ ਸੰਧੂ ਸਾਹਿਬ ਨੇ, ਇਹ ਇੰਨੇ ਇੰਟਲੈਕਚੁਅਲ ਨੇ, ਇਹ ਕਿਸਾਨਾਂ ਨੂੰ ਕੁਛ ਇਸ ਤਰ੍ਹਾਂ ਦਾ ਪ੍ਰੋਜੈਕਟਸ ਦੇਣਗੇ, ਯੂ ਨੋ, ਫੂਡ ਪ੍ਰੋਸੈਸਿੰਗ ਯੂਨਿਟਸ ਲਾਉਣ ਦਾ, ਕਿ ਇਹਨਾਂ ਦਾ ਜਿਹੜਾ ਗਰੋਥ ਹੈ ਉਹ ਡਾਇਰੈਕਟਲੀ ਟਾਟਾ ਨਾਲ, ਰਾਮਦੇਵ ਨਾਲ, ਇਹਨਾਂ ਦੇ ਇੱਥੇ ਇੰਡਸਟਰੀਜ਼ ਲੱਗਣਗੀ, ਫਾਰਮਰਸ ਹੀ ਉਹ ਆਪ ਹੀ ਮਤਲਬ ਉੱਥੇ ਪੈਕੇਜਿੰਗ ਕਰਕੇ ਵਰਲਡ ਵਿੱਚ ਜਾਏਗਾ ਉਹਨਾਂ ਦਾ ਸਮਾਨ, ਉਹਨਾਂ ਨੂੰ ਦੁੱਗਣੀ ਫਾਇਦਾ ਹੋਏਗਾ। ਟੀ ਵੀ ਆਰਟਿਸਟ ਐਸੋਸੀਏਸ਼ਨ ਵਿੱਚ ਹਾਂ, ਆਈ ਐਮ ਵੈਲਫੇਅਰ ਟਰੱਸਟ ਦੀ ਚੇਅਰਮੈਨ, ਪੂਨਮ ਢਿੱਲੋਂ ਪ੍ਰੈਜ਼ੀਡੈਂਟ ਹੈ, ਅਤੇ ਅਸੀਂ ਮਤਲਬ ਉਹ ਫੀਲ ਕਰਦੇ ਹਾਂ, ਅਸੀਂ ਉੱਥੇ ਬੈਠੇ ਫੀਲ ਕਰਦੇ ਕਿ ਅਸੀਂ ਪੰਜਾਬੀ ਇੱਥੇ ਕਰ ਰਹੇ ਨੇ ਇੰਨਾ ਕੰਮ, ਹਾਂ ਸਾਡਾ ਇੰਨਾ ਨਾਂ ਹੈ ਫਿਲਮ ਇੰਡਸਟਰੀ ਵਿੱਚ, ਅਤੇ ਸਾਡੇ ਪੰਜਾਬ ਵਿੱਚ ਸਾਡੀ ਇੰਡਸਟਰੀ ਦਾ ਕੋਈ ਜੜ ਨਹੀਂ ਹੈ ਨਾ ਜੀ, ਬਿਲਕੁਲ। ਹੁਣ ਤਾਂ ਉੱਥੇ ਵੀ ਮੈਂ ਕਹਿ ਨਾ, ਸਿਨੇ ਆਰਟਿਸਟ ਵਿੱਚ ਵੀ ਮੈਂ ਆ ਗਈ ਹਾਂ, ਜੇ ਪੰਜਾਬ 'ਚ ਮੇਰਾ, ਬਿਕੋਜ਼ ਸਾਡੇ ਬੱਚੇ ਜਿਹੜੇ ਆ ਨਾ ਉਹ ਬਹੁਤ ਟੈਲੈਂਟਡ ਨੇ, ਉਹਨਾਂ ਨੂੰ ਅਸੀਂ ਚਾਂਸ ਦੇਣਾ, ਠੀਕ ਹੈ ਨਾ, ਅਤੇ ਅਸੀਂ ਸਿਨੇ ਆਰਟਿਸਟ ਨਾਲ ਮਿਲ ਕੇ ਮਤਲਬ ਇੱਥੇ ਇੰਸਟੀਟਿਊਟ ਪਾਵਾਂਗੇ, ਸਟੂਡੀਓਜ਼ ਪਾਵਾਂਗੇ, ਇੰਨੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤਸਰ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ, ਮੈਂ ਕਹਿ ਨਹੀਂ ਸਕੀ, ਜਦ ਮੈਂ ਪਹਿਲੀ ਵਾਰ ਆਈ ਸੀ ਇੱਥੇ ਪੰਜਾਬ ਦੀ ਧਰਤੀ 'ਤੇ, ਮੈਂ ਪਹਿਲੀ ਵਾਰ ਪੈਰ ਰੱਖਿਆ ਸੀ ਸਰਪੰਚ ਦੀ ਸ਼ੂਟਿੰਗ ਲਈ, ਅਤੇ ਮੈਂ ਵਰਿੰਦਰ ਜੀ, ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਉਹਨਾਂ ਨੇ ਕਰਵਾਏ ਸੀ। ਮੈਂ ਸਮਝਦੀ ਹਾਂ ਇਸ ਪਾਵਨ ਧਰਤੀ 'ਤੇ ਅੰਮ੍ਰਿਤਸਰ 'ਤੇ ਮੈਨੂੰ ਬਹੁਤ ਕੁਛ ਦਿੱਤਾ, ਮੈਨੂੰ ਮੇਰੀ ਪਹਿਚਾਣ ਦਿੱਤੀ ਹੈ, ਮੈਨੂੰ ਨਾਮ, ਸ਼ੋਹਰਤ, ਰੋਟੀ ਰੋਜ਼ੀ ਸਾਰਾ ਕੁਛ ਇਸ ਮਿੱਟੀ ਤੋਂ ਮਿਲਿਆ ਹੈ। ਮੈਂ ਇਸ ਮਿੱਟੀ ਦੀ ਕਰਜ਼ਦਾਰ ਹਾਂ, ਜਿੰਨਾ ਵੀ ਮੈਂ ਇਸ ਮਿੱਟੀ ਲਈ ਕਰ ਸਕਾਂ ਉਹ ਘੱਟ ਹੋਏਗਾ। ਮੈਂ ਸਮਝਦੀ ਹਾਂ, ਮੈਨੂੰ ਹੁਣ ਬੀਜੇਪੀ ਨੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਵਿੱਚ ਕਸ਼ਟ ਨੇ, ਉਹਨਾਂ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਨੇ, ਉਹਨਾਂ ਨੂੰ ਹੱਲ ਕਰਨ ਵਿੱਚ ਆਪਣੀ ਪਾਰਟੀ ਨਾਲ ਮਿਲ ਕੇ ਕੋਸ਼ਿਸ਼ ਕਰਾਂਗੀ। ਮੈਂ ਵਾਅਦਾ ਕਰਦੀ ਹਾਂ, ਮੈਂ ਧੀ ਜਾਂ ਕੁਛ ਕਹਿ ਲਓ ਜੰਮੂ ਕਸ਼ਮੀਰ ਦੀ ਜੰਮੀ ਅਤੇ ਪੰਜਾਬ ਦੀ ਨੂੰ, ਮੈਂ ਪ੍ਰੋਮਿਸ ਕਰਦੀ ਹਾਂ ਤੁਹਾਨੂੰ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਕੁਛ, ਬੀਜੇਪੀ ਜੇ ਆ ਗਈ ਇੱਥੇ ਜਿੱਤ ਕੇ, ਤੁਸੀਂ ਜਿਤਾਉਣਾ ਤੁਹਾਡੇ ਹੱਥ 'ਚ ਹੈ, ਪਲੀਜ਼ ਤੁਸੀਂ ਅਕਾਲੀ ਨੂੰ ਵੀ ਟਰਾਈ ਕਰ ਲਿਆ, ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ, ਹੁਣ ਆਪ ਨੂੰ ਵੀ ਟਰਾਈ ਕਰ ਲਿਆ, ਇੱਕ ਚਾਂਸ ਹੁਣ ਬੀਜੇਪੀ ਨੂੰ ਦਿਓ। ਇਹ ਚੋਣ ਤੁਹਾਡੀ ਪੰਜਾਬ ਦੀ ਇਲੈਕਸ਼ਨ ਦੀ ਨਹੀਂ ਆ, ਇਹ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ। ਤੁਸੀਂ ਕਿਹਨੂੰ ਸਮਝਦੇ ਹੋ ਲੀਡ ਕਰਨ ਲਈ ਇਸ ਕੰਟਰੀ ਨੂੰ, ਕਿ ਤੁਹਾਡੇ ਕੋਲ ਨਰਿੰਦਰ ਮੋਦੀ ਤੋਂ ਬੈਟਰ ਕੈਂਡੀਡੇਟ ਹੈ? ਨਹੀਂ, ਪੂਰਾ ਹਿੰਦੁਸਤਾਨ ਕਹਿ